ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸੋ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਕਪਿਲ ਸਿੱੱਬਲ ਦਾ ਪੀਐਮ ਮੋਦੀ ਤੇ ਵਾਰ ਨੋਟਬੰਦੀ ਕਰੋਨਾ ਤੇ ਚੀਨ ਤੇ ਤਿੰਨ ਇਤਿਹਾਸਿਕ ਝੂਠ ਕਿਸ ਨੇ ਬੋਲੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੰਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਉਸ ਨੇ ਬਿਆਨ ਦੀ ਨਿੰਦਾ ਕੀਤੀ ਹੈ ਜਿਸ ਦੇ ਵਿੱਚ ਪੀਐਮ ਨੇ ਬੀਤੇ ਦਿਨ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਤਿੰਨ ਵੱਡੇ ਝੂਠ ਫੈਲਾਏ ਜਾ ਰਹੇ ਹਨ ਸਿੰਬਲ ਨੇ ਪੀਐਮ ਤੇ ਹਮਲਾ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਦਰਦ ਸਮਝੋ ਐਨਆਈ ਨੇ ਉਹਨਾਂ ਨੇ ਪੀਐਮ ਤੇ ਤਿੰਨ ਵੱਡੇ ਝੂਠ ਬੋਲਣ ਦਾ ਦੋਸ਼ ਲਾਇਆ ਸਿਬਲ ਨੇ ਪੀਐਮ ਮੋਦੀ ਤੇ ਨੋਟਬੰਦੀ ਕਰੋਨਾ ਤੇ ਚੀਨ ਦੇ ਮੁੱਦੇ ਦੇ ਦੇਸ਼ ਦੇ ਨਾਲ ਤਿੰਨ ਇਤਿਹਾਸਿਕ ਝੂਠ ਬੋਲਣ ਦਾ ਦੋਸ਼ ਲਾਇਆ ਸੋ ਦੋਸਤੋ ਤੁਹਾਨੂੰ ਕਪਲ ਸਿਬਲ ਦੀ ਗੱਲਬਾਤ ਦੇ ਵਿੱਚ ਕਿੰਨਾ ਕੁ ਦਮ ਲੱਗਦਾ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਵੀ ਕਪਲ ਸਿਬਲ ਸੱਚ ਬੋਲ ਰਿਹਾ ਜਾਂ ਉਹ ਵੀ ਮੋਦੀਆਂ ਨੂੰ ਝੂਠ ਬੋਲ ਰਿਹਾ ਹੈ ਕਪਲ ਸਿਬਲ ਨੇ ਪੀਐਮ ਤੇ ਦੋਸ਼ ਲਾਉਂਦੇ ਹੋਏ ਟਵਿੱਟਰ ਤੇ ਲਿਖਿਆ ਪ੍ਰਧਾਨ ਮੰਤਰੀ ਜੀ ਫਾਰਮ ਕਾਨੂੰਨ ਤਿੰਨ ਵੱਡੇ ਝੂਠ ਫੁਲਾਏ ਜਾ ਰਹੇ ਹਨ ਕਿਸਾਨਾਂ ਦਾ ਦਰਦ ਸਮਝੋ ਉਹ ਰਾਜਨੀਤੀ ਨਹੀਂ ਹੈ ਤਿੰਨ ਇਤਿਹਾਸਿਕ ਝੂਠ ਕਿਸ ਨੇ ਬੋਲੇ ਨੂਟਬੰਦੀ 50 ਦਿਨਾਂ ਦੇ ਬਾਅਦ ਠੀਕ ਹੋ ਜਾਵੇਗਾ ਕਰੋਨਾ ਸਿਰਫ 21 ਦਿਨ ਰੁਕੋ ਚਾਈਨਾ ਸਾਡੀ ਜ਼ਮੀਨ ਦਾ ਛੀਨ ਤੇ ਕਬਜ਼ਾ ਨਹੀਂ ਸੋ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੂੰ ਸੰਬੋਧਿਤ ਕਰਕੇ ਇਹ ਸਾਰੀਆਂ ਗੱਲਾਂ ਕਹੀਆਂ ਸਨ ਬ੍ਰਿਟਿਸ਼ ਸਿੱਖਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੂੰ ਪੱਤਰ ਲਿਖਿਆ ਕਿਹਾ ਬੇਟੇ ਨੂੰ ਸਮਝਾਓ ਬ੍ਰਿਟੇਨ ਦੇ ਸ਼ਹਿਰ ਬ੍ਰੈਡਫੋਰਡ ਦੀ ਸਿੱਖ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬਾਈ ਨੂੰ ਇੱਕ ਕਿਸਾਨ ਲਹਿਰ ਦੇ ਬਾਰੇ ਪੱਤਰ ਲਿਖਿਆ ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰ ਐਸੋਸੀਏਸ਼ਨ ਆਫ ਸਿਕਸ ਨੇ 14 ਦਸੰਬਰ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਕੁਝ ਲੋਕ ਕਿਸਾਨੀ ਲਹਿਰ ਦੇ ਸਬੰਧ ਵਿੱਚ ਪੰਜਾਬ ਦੀਆਂ ਮਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਜਿਹਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਸ ਬਾਰੇ ਆਪਣੇ ਬੇਟੇ ਨਾਲ ਗੱਲ ਕਰਨੀ ਚਾਹੀਦੀ ਹੈ ਬ੍ਰਿਟਿਸ਼ ਸਿੱਖਾਂ ਦੇ ਵੱਲੋਂ ਲਿਖਿਆ ਪੱਤਰ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਪ੍ਰਦਾਨਤ ਤਰਲੋਚਨ ਸਿੰਘ ਦੁੱਗਲ ਨੇ ਪੱਤਰ ਦੇ ਵਿੱਚ ਕਿਹਾ ਕਿ ਕੁਝ ਲੋਕ ਕਿਸਾਨ ਅੰਦੋਲਨ ਸੰਬੰਧੀ ਪੰਜਾਬ ਦੀਆਂ ਮਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਜਿਹਾ ਨਹੀਂ ਹੋਣਾ ਚਾਹੀਦਾ ਤੁਹਾਨੂੰ ਇਸ ਬਾਰੇ ਆਪਣੇ ਬੇਟੇ ਨਾਲ ਗੱਲ ਕਰਨੀ ਚਾਹੀਦੀ ਕੁਝ ਔਰਤਾਂ ਭਾਜਪਾ ਦੇ ਅਮਾਇਤ ਵਿੱਚ ਪੰਜਾਬ ਦੀਆਂ ਮਾਵਾਂ ਬਾਰੇ ਗਲਤ ਪ੍ਰਚਾਰ ਕਰ ਰਹੀਆਂ ਹਨ ਦੁਗਲ ਨੇ ਕਿਹਾ ਸਾਡੇ ਕੋਲ ਹੀਰਾਬਾਈ ਦਾ ਪਤਾ ਨਹੀਂ ਹੈ ਇਸ ਲਈ ਪੱਤਰ ਨੂੰ ਆਪਣੇ ਅੰਦਰੂਨੀ ਚੱਕਰ ਦੇ ਵਿੱਚ ਘੁਮਾਇਆ ਅਸੀਂ ਉਮੀਦ ਕਰਦੇ ਹਾਂ ਕਿ ਇਹ ਪੱਤਰ ਉਨ੍ਹਾਂ ਤੱਕ ਪਹੁੰਚ ਜਾਏਗਾ ਹਰ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਰਾਹੁਲ ਗਾਂਧੀ ਫਿਰ ਬਨਣਗੇ ਪ੍ਰਧਾਨ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖਬਰ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਧਰਨੇ ਵਾਲੇ ਵੀਰਾਂ ਦੇ ਨਾਲ ਸਾਂਝਾ ਜਰੂਰ ਕਰੋ ਪੰਜਾਬ ਵਾਸੀਆਂ ਦੇ ਨਾਲ ਸਾਂਝਾ ਜਰੂਰ ਕਰੋ ਜਿਹੜੇ ਸਾਡੇ ਵੀਰ ਧਰਨਿਆਂ ਤੇ ਬੈਠੇ ਹਨ ਬਿਨਾਂ ਟੀਵੀਆਂ ਤੋਂ ਉਹਨਾਂ ਨੂੰ ਆਪਣੇ ਫੋਨ ਦੇ ਦੁਆਰਾ ਹੀ ਲੇਟੈਸਟ ਅਪਡੇਟ ਮਿਲ ਸਕੇ ਅਸੀਂ ਵੀ ਪੂਰਾ ਯੋਗਦਾਨ ਪਾ ਰਹੇ ਆ ਜੀ ਤਿੰਨ ਤਿੰਨ ਵੱਡੇ ਬੁਲੇਟਿਨ ਖਬਰਾਂ ਦੇ ਲੈ ਕੇ ਆ ਰਹੇ ਆ ਸੋ ਤੁਹਾਡੇ ਵੱਲੋਂ ਇਨਾ ਪਿਆਰ ਮਾਨ ਸਤਿਕਾਰ ਮਿਲਦਾ ਸੀ ਉਸਦੇ ਲਈ ਦਿਲੋਂ ਧੰਨਵਾਦ ਕਰਦੇ ਆ ਜੀ ਆਪਾਂ ਇਸ ਵੀਡੀਓ ਤੇ 2500 ਦਾ ਲਾਈਕ aimer ਰੱਖਦੇ ਆ ਸ੍ਰੋਤ ਤੇ ਵੀ ਜਲਦੀ ਜਲਦੀ ਕੰਪਲੀਟ ਕਰ ਦੇਣ ਤੇ 1500 ਸ਼ੇਅਰ WhatsApp Facebook ਤੇ Insta ਉੱਪਰ ਕਰ ਦੇਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਸ਼ਨੀਵਾਰ ਨੂੰ ਬੈਠਕ ਕੀਤੀ ਸੋਨੀਆ ਗਾਂਧੀ ਦੀ ਰਹਿਸ਼ਤੇ ਹੋਈ ਮੀਟਿੰਗ ਦੇ ਵਿੱਚ ਪਾਰਟੀ ਦੇ 20 ਨੇਤਾ ਸ਼ਾਮਲ ਹੋਏ ਜਾਣਕਾਰੀ ਦੇ ਮੁਤਾਬਕ ਇਸ ਬੈਠਕ ਦੇ ਵਿੱਚ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਇਸ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੀ ਜੋ ਭੂਮਿਕਾ ਤੈਅ ਕਰੇਗੀ ਉਸ ਨੂੰ ਨਿਭਾਉਣਗੀ ਉਹਨਾਂ ਨੇ ਕਿਹਾ ਕਿ ਚੋਣਾਂ 'ਚ ਤੈਅ ਕਰਾਂਗੇ ਕਿ ਨੇਤਾ ਕੌਣ ਹੋਵੇਗਾ ਕਾਂਗਰਸ ਦੀ ਇਹ ਅਹਿਮ ਮੀਟਿੰਗ ਕਰੀਬ 5 ਘੰਟੇ ਚੱਲੀ ਇਸ ਵਿੱਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਮਾਮਲੇ ਤੇ ਚਰਚਾ ਹੋਈ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖੇਤੀ ਕਾਨੂੰਨਾਂ ਦੇ ਖਿਲਾਫ ਜੰਜੀਰਾ ਬੰਨ੍ਹ ਕੇ ਇਸ ਕਿਸਾਨ ਨੇ ਕੀਤਾ ਪ੍ਰਦਰਸ਼ਨ ਕਿਹਾ ਪਹਿਲਾਂ ਗੋਰਿਆਂ ਤੋਂ ਹੋਏ ਆਜ਼ਾਦ ਹੁਣ ਆਜ਼ਾਦੀ ਕਾਲਿਆਂ ਹੱਥ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਕਿਸਾਨਾਂ ਦਾ ਅੰਦੋਲਨ 5ਵੇਂ ਦਿਨ ਤੋਂ ਲਗਾਤਾਰ ਜਾਰੀ ਹੈ ਜੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਇਸ ਕੜੀ ਦੇ ਵਿੱਚ ਸ਼ਨੀਵਾਰ ਨੂੰ ਇੱਕ ਕਿਸਾਨ ਨੇ ਆਪਣੇ ਸਾਰੇ ਸਰੀਰ ਤੇ ਇੱਕ ਜੰਜੀਰ ਬੰਨ ਕੇ ਪ੍ਰਦਰਸ਼ਨ ਕੀਤਾ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਕਿਸਾਨ ਕਮਲ ਸਿੰਘ ਜੋ ਕਿ ਪੰਜਾਬ ਦੇ ਅਮਰੂਹਾ ਦਾ ਰਹਿਣ ਵਾਲਾ ਕਿਸਾਨ ਨੇ ਕਿਹਾ ਕਿ ਸਾਇ ਅਸੀਂ ਗੋਰਿਆਂ ਤੋਂ ਆਜ਼ਾਦ ਹੋ ਗਏ ਹਾਂ ਪਰ ਉਸ ਤੋਂ ਬਾਅਦ ਸਾਡੀ ਆਜ਼ਾਦੀ ਕਾਲਿਆਂ ਦੇ ਹੱਥ ਚਲੀ ਗਈ ਹੈ ਦੇਸ਼ ਭਰ ਦੇ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਅਤੇ ਉਹਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਅਸੀਂ ਡੇਰਾ ਲਾ ਰਹੇ ਹਾਂ ਇਹ ਕਿਸਾਨ ਅੰਦੋਲਨ ਐਤਵਾਰ ਨੂੰ ਪੰਜਵੇਂ ਦਿਨ ਦੇ ਵੀ ਜਾਰੀ ਰਿਹਾ ਇਸ ਦੇ ਨਾਲ ਹੀ ਸੋਨੀਪੱਤ ਬਾਰਡਰ ਤੋਂ ਕਿਸਾਨ ਅੰਦੋਲਨ ਦੀ ਵੱਖਰੀ ਤਸਵੀਰ ਸਾਹਮਣੇ ਆਈ ਪੰਜਾਬ ਦੇ ਅਮਰੋਹਾ ਦੇ ਰਹਿਣ ਵਾਲੇ ਕਮਲ ਸਿੰਘ ਨੇ ਸਰੀਰ ਤੇ ਬੰਨੀ ਹੋਈ ਜੰਜੀਰ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਪੰਜਾਬ ਹਰਿਆਣਾ ਵਿੱਚ ਠੰਡ ਦਾ ਕਹਿਰ ਜਾਣੂ ਸੂਬੇ ਦੇ ਕਿਹੜੇ ਜ਼ਿਲ੍ਹੇ ਰਹਿ ਸਭ ਤੋਂ ਠੰਡੇ ਸੋ ਪੰਜਾਬ ਅਤੇ ਹਰਿਆਣਾ ਦੇ ਵਿੱਚ ਸ਼ਨੀਵਾਰ ਨੂੰ ਸ਼ੀਤ ਲਹਿਰ ਦੀ ਮਾਰ ਚੱਲੀ ਤੇ ਇਸ ਦੇ ਨਾਲ ਇਹ ਆਦਮਪੁਰ ਦੇ ਵਿੱਚ ਸਭ ਤੋਂ ਘੱਟ ਪਰ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਦੀ ਸਾਂਝੀ ਰਾਜਸਥਾਨ ਦੀ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 2 ਡਿਗਰੀ ਸੈਲਸੀਅਸ ਘਟੇ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦਾ ਆਦਮਪੁਰ ਸਭ ਤੋਂ ਠੰਡਾ ਰਿਹਾ ਜਿਸ ਦਾ ਤਾਪਮਨ 1.9 ਡਿਗਰੀ ਦਰਜ ਕੀਤਾ ਗਿਆ ਦੱਸਦੀ ਹੈ ਫਰੀਦਕੋਟ ਪਠਾਨਕੋਟ ਬਠਿੰਡਾ ਲੁਧਿਆਣਾ ਪਟਿਆਲਾ ਗੁਰਦਾਸਪੁਰ ਦੇ ਵਿੱਚ ਘੱਟ ਤੋਂ ਘੱਟ ਤਾਪਮਨ ਵੀ ਜਿਹੜਾ 1 ਤੋਂ ਲੈ ਕੇ 4.1 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹਾਈ ਕੋਰਟ ਦੇ ਹੁਕਮਾਂ ਤੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਖਿਲਾਫ ਮਾਮਲਾ ਦਰਜ ਨਾ ਬਾਲਗ ਲੜਕੀ ਦਾ ਵਿਆਹ ਕਰਵਾ ਕੇ ਜਾਰੀ ਕੀਤਾ ਸੀ ਸਰਟੀਫਿਕੇਟ ਸੋ ਬਿਨਾ ਲੋੜੀਂਦੀ ਪੁਛ ਪੜਤਾਲ ਕੀਤੇ ਇੱਕ ਨਾਬਾਲਗ ਲੜਕੀ ਦੇ ਲਾਵਾ ਫਿਰੇ ਕਰਵਾ ਕੇ ਵਿਆਹ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਗੁਰਦੁਆਰਾ ਸ਼ਾਂਤੀ ਨਗਰ ਦੇ ਹੈੱਡ ਗ੍ਰੰਥੀ ਖਿਲਾਫ ਥਾਣਾ ਸਿਟੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹੈੱਡ ਗ੍ਰੰਥੀ ਦੇ ਖਿਲਾਫ ਪ੍ਰੋਬੇਸ਼ਨ ਆਫ ਚਾਈਲਡ ਮੈਰਿਜ ਐਕਟ 2016 ਦੇ ਤਹਿਤ ਮਾਮਲਾ ਦਰਜ ਕਰਤਿਆ ਸਾਮੀ ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਅਰਵਿੰਦਰ ਸਿੰਘ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵੱਲੋਂ ਇੱਕ ਰਿੱਟ ਨੰਬਰ ਨੀਲਮ ਰਾਣੀ ਪਤਨੀ ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਵਾਸੀ ਫਾਰੂ ਵਾਲਾ ਥਾਣਾ ਮਮਦੋਟ ਨੂੰ ਜ਼ਿਲ੍ਹਾ ਮਸੂਲ ਹੋਈ ਉਹਨਾਂ ਨੇ ਦੱਸਿਆ ਕਿ ਪੜਤਾਲ ਦੇ ਵਿੱਚ ਗੱਲ ਸਾਹਮਣੇ ਆਈ ਹੈ ਸੋ ਜਿਸ ਦੇ ਕਰਕੇ ਉਹਨਾਂ ਦੇ ਖਿਲਾਫ ਇਹ ਕ ਮਕਦਮਾ ਦਰਜ ਕੀਤਾ ਗਿਆ ਹੈ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਦਿੱਤੀ ਵਿੱਤੀ ਮਦਦ ਖੇਤੀ ਸੋਧ ਐਕਟ ਖਿਲਾਫ ਦਿੱਲੀ ਦੇ ਵਿੱਚ ਚੱਲ ਰਹੇ ਸੰਘਰਸ਼ ਵਿੱਚ ਹਲਕਨ ਪਾਦੇ ਮੌਤ ਦੇ ਮੂਹਰੇ ਜਾ ਪਏ ਕਿਸਾਨ ਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜਿਆ 5 ਲੱਖ ਰੁਪਏ ਦਾ ਚੈੱਕ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਿੱਤਾ ਇਸ ਦੇ ਮੌਕੇ ਸੰਘਰਸ਼ ਦੌਰਾਨ ਮਰੇ ਕਿਸਾਨ ਪਾਲ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਸਹੌਲੀ ਵਿਖੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੱਚ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਮੋਦੀ ਸਰਕਾਰ ਜਾਣ ਬੁੱਝ ਕੇ ਕਮਜ਼ੋਰ ਕਰਨਾ ਚਾਹੁੰਦੀ ਹੈ ਖੰਡੂਰ ਸਾਹਿਬ ਦੇ ਬਾਜ਼ਾਰ ਦੇ ਵਿੱਚੋਂ ਪੰਜ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਹਜ਼ਾਰਾਂ ਦੀ ਨਕਦੀ ਅਤੇ ਮੋਟਰਸਾਈਕਲ ਲੈ ਕੇ ਉੱਡੇ ਖੰਡੂਰ ਸਾਹਿਬ ਬਾਜ਼ਾਰ ਦੇ ਵਿੱਚ ਰਾਤ ਸਮੇਂ ਪੰਜ ਵੱਖ-ਵੱਖ ਦੁਕਾਨਾਂ ਦੇ ਚੋਰਾਂ ਨੇ ਸ਼ਟਰ ਤੋੜ ਕੇ 15000 ਰੁਪਏ ਦੀ ਨਕਦੀ ਇੱਕ ਪਲੈਟੀਨਾ ਮੋਟਰਸਾਈਕਲ ਸਟੈਪਲਾਈਜ਼ਰ ਤਾਂਬੇ ਦੀ 6 ਕਿਲੋ ਤਾਰ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਨੇ ਕੈਦ ਕਰ ਲਿਆ ਹੈ। ਮਮਤਾ ਦੀਦੀ ਇਕੱਲੀ ਰਹਿ ਜਾਵੇਗੀ 200 ਸੀਟਾਂ ਦੇ ਨਾਲ ਸਰਕਾਰ ਬਣਾਵਾਂਗੇ ਅਮਿਤ ਸ਼ਾਹ ਸੋ ਪੱਛਮੀ ਬੰਗਾਲ ਦੇ ਵਿੱਚ ਅਮਿਤ ਸ਼ਾਹ ਨੇ ਵੱਡਾ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਪੂਰੀ ਸਰਕਾਰ ਬਣਾਵਾਂਗੇ 200 ਦੀਆਂ 200 ਸੀਟਾਂ ਲੈ ਕੇ ਜਾਵਾਂਗੇ ਅਮਿਤ ਸ਼ਾਹ ਦੇ ਇਸ ਬਿਆਨ ਦੇ ਵਿੱਚ ਕਿੰਨੇ ਕੋ ਤੁਹਾਨੂੰ ਤਤ ਲੱਗਦੇ ਆ ਕਮੈਂਟ ਸੈਕਸ਼ਨ ਚ ਲਿਖੋ ਵੀ ਮੋਦੀ ਸਰਕਾਰ ਦੁਬਾਰਾ ਬਣੇਗੀ ਜਾਂ ਨਹੀਂ ਬਣੇਗੀ। ਦੋ ਦਿਨਾਂ ਦੇ ਲਈ ਪੱਛਮੀ ਬੰਗਾਲ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਮੈਦਾਨਪੁਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਇਸ ਰੈਲੀ ਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਝਟਕਾ ਦਿੰਦੇ ਹੋਏ ਸ਼ਾਹ ਨੇ ਸੁਬੇਂਦ ਅਧਿਕਾਰ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੇ ਸੁਬੇਂਦ ਨੂੰ ਅਧਿਕਾਰਤ ਤੌਰ ਤੇ ਭਾਜਪਾ ਵਿੱਚ ਸ਼ਾਮਲ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਮੂਲ ਕਾਂਗਰਸ ਅਤੇ ਮਮਤਾ ਬੇਨਰਜੀ ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਜੀ ਜਿਹੜੇ ਲੋਕ ਅੱਜ ਭਾਜਪਾ ਵਿੱਚ ਆ ਰਹੇ ਹਨ ਉਹ ਮਾਂ ਮਾਟੀ ਮਨੁਸ਼ਾ ਦੇ ਨਾਰੇ ਲਾਏ ਨਾਲ ਆਏ ਹਨ ਪਰ ਮਮਤਾ ਦੀਦੀ ਸਰਕਾਰ ਨੇ ਮਾਂ ਮਾਟੀ ਮਨੁਸ਼ਾ ਦੇ ਨਾਰੇ ਦੀ ਟੋਲਬਾਜੀ ਤੁਸ਼ਟੀਕਰਨ ਅਤੇ ਭਤੀਜਵਾਦ ਦੇ ਵਿੱਚ ਬਦਲ ਕੇ ਰੱਖ ਦਿੱਤਾ ਮਾਨਸਾ ਦੇ ਵਿੱਚ ਵੱਡੀ ਦੁਖਦਾਈ ਵਾਰਦਾਤ ਭਤੀਜੇ ਨੇ ਗੰਡਾਸੇ ਨਾਲ ਵੱਡਿਆ ਚਾਚਾ ਸੋ ਦੁਖਦਾਈ ਖਬਰ ਆ ਰਹੀ ਹੈ ਜੀ ਮਾਨਸਾ ਦੇ ਪਿੰਡ ਝੰਡਕਲਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦੇ ਭਤੀਜੇ ਨੇ ਚਾਚੇ ਦਾ ਬੇਰਾਮੀ ਨਾਲ ਕਤਲ ਕਰ ਦਿੱਤਾ ਪੁਲਿਸ ਨੇ ਪਤੀ ਜਿਸਮਿਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਕਹਿਣਾ ਹੈ ਡੀਐਸਪੀ ਡਾਸੋ ਉਧਰ ਕਤਲ ਕੀਤੇ ਜਾਣਵਾਰੇ ਡੀਐਸਪੀ ਡੀ ਨੇ ਕਿਹਾ ਕਿ ਪਾਲਾ ਸਿੰਘ ਦੇ ਮ੍ਰਿਤਕ ਗੁਰਨਾਮ ਸਿੰਘ ਚਾਚਾ ਪਤੀ ਜਹਨ ਤੇ ਉਹਨਾਂ ਦਾ ਜ਼ਮੀਨੀ ਵਿਵਾਦ ਦੇ ਕਾਰਨ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਨਾਮ ਸਿੰਘ ਦਾ ਕਤਲ ਕਰ ਦਿੱਤਾ ਜੀ ਉਹਨਾਂ ਨੇ ਕਿਹਾ ਤਿੰਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਸੋ ਦੋਸਤੋ ਪੰਜਾਬ ਦੇ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਬਾਰੇ ਤੁਹਾਡੀ ਕੀ ਰਾਇ ਕਮੈਂਟ ਸੈਕਸ਼ਨ ਚ ਜਰੂਰ ਲਿਖੋ ਨਿਰਮਲਾ ਸੀਤਾਰਾਮਨ ਬਜਟ ਦੀਆਂ ਤਿਆਰੀਆਂ ਵਿੱਚ ਰੁੱਝੀ ਕਿਹਾ 2021-2022 ਦੇ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਤੱਕ ਦਾ ਸਭ ਤੋਂ ਵੱਖਰਾ ਬਜਟ ਸੋ ਆਮ ਬਜਟ ਦੀ ਪੇਸ਼ਕਾਰੀ ਦੇ ਵਿੱਚ 2 ਮਹੀਨੇ ਬਾਕੀ ਹਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕੋਵਿਡ-19 ਸੰਕਰਮਣ ਦੇ ਇਸ ਦੌਰ ਦੇ ਵਿੱਚ ਵਿੱਤੀ ਸਾਲ 2022 ਤੇ 2023 ਦਾ ਹੁਣ ਤੱਕ ਦਾ ਬਜਟ ਸਭ ਤੋਂ ਵੱਖਰਾ ਹੋਵੇਗਾ ਇਸ ਬਜਟ ਦੇ ਵਿੱਚ ਹੈਲਥ ਕੇਅਰ ਰੋਜੀ ਰੋਟੀ ਰੁਜ਼ਗਾਰ ਸਿੱਖਿਆ ਨੂੰ ਸਭ ਤੋਂ ਵੱਡ ਤਰਜੀਹ ਦਿੱਤੀ ਜਾਵੇਗੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਬਜਟ ਤੇ ਵਿੱਚ ਉਹਨਾਂ ਸੈਕਟਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਵਿੱਚ ਕੋਵਿਡ ਨੇ ਸਭ ਤੋਂ ਵੱਧ ਹਾਹਾਕਾਰ ਮਚਾਈ ਜੋ ਸੈਕਟਰ ਵਿਕਾਸ ਦੇ ਇੰਜਣ ਬਣੇ ਹਨ ਬਜਟ ਦੇ ਵਿੱਚ ਉਹਨਾਂ ਨੂੰ ਵਧੇਰੇ ਸਹੂਲਤ ਦਿੱਤੀ ਜਾਵੇਗੀ ਅਖਿਲੇਸ਼ ਯਾਦਵ ਦਾ ਮੋਦੀ ਸਰਕਾਰ ਤੇ ਵਾਰ ਕਿਹਾ ਬੰਗਾਲ ਦੇ ਵਿੱਚ ਰੈਲੀ ਲਈ ਕਰੋਨਾ ਨਹੀਂ ਦਿੱਲੀ ਦੇ ਵਿੱਚ ਸੰਸਦ ਚਲਾਉਣ ਲਈ ਕਰੋਨਾ ਸੋ ਵੱਡਾ ਇਲਜ਼ਾਮ ਲਾਇਆ ਜੀ ਅਖਿਲੇਸ਼ ਯਾਦਵ ਨੇ ਮੋਦੀ ਸਰਕਾਰ ਦੇ ਉੱਪਰ ਸੋ ਦੋਸਤੋ ਮੋਦੀ ਸਰਕਾਰ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੀ ਆ ਪਰ ਸੰਸਦ ਦੇ ਵਿੱਚ ਕਰੋਨਾ ਦਾ ਆਲਾਪ ਕਰ ਕਰਕੇ ਸੰਸਦ ਨਹੀਂ ਸੱਦ ਰਹੀ ਸੋ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਹਨ ਤੇ ਕੇਂਦਰ ਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ ਪੱਚਵਾਂ ਦਿਨ ਹੈ ਜੀ ਠੰਡ ਸੰਗਣੀ ਧੁੰਦ ਦੇ ਵਿੱਚ ਕਰ ਕਿਸਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਪਰ ਡਟੇ ਹੋਏ ਹਨ ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜਿੱਦ ਤੇ ਅੜੇ ਹਨ ਉੱਤੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਕੇਂਦਰ ਦੀ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ ਪਰ ਕਿਸਾਨਾਂ ਦੀ ਮੰਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤਾਂ ਹੀ ਗੱਲ ਸੰਭਵ ਹੈ ਸੋ ਕਿਸਾਨ ਅੰਦੋਲਨ ਦੌਰਾਨ ਸਿਆਸੀ ਪਾਰਟੀਆਂ ਪਾਰਾ ਵੀ ਕਾਫੀ ਚੜਿਆ ਹੋਇਆ ਜੀ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਹਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਕੀਤਾ ਗਿਆ ਰੈੱਡ ਅਲਰਟ ਸੋ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਲੈ ਕੇ ਆਏ ਦਿਨ ਭਾਜਪੀ ਲੀਡਰਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਕੀਤੇ ਜਾ ਰਹੇ ਦੌਰਿਆਂ ਦੇ ਸਬੰਧ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਹਨਾਂ ਲੀਡਰਾਂ ਦੇ ਘਰਾਉ ਨੂੰ ਦੇਖਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਨੂੰ ਰੈੱਡ ਅਲਰਟ ਕੀਤਾ ਗਿਆ ਸਬੰਧੀ ਅੱਜ ਗੁਰੂ ਹਰਸਾਹਿਬ ਦੇ ਥਾਣਾ ਮੁਖੀ ਵੱਲੋਂ ਸ਼ਰਧੇਵ ਅੰਦਰ ਵਕ ਵਕ ਥਾਵਾਂ ਤੇ ਨਾਕੇਬੰਦੀ ਕਰਕੇ ਬਾਹਰੋਂ ਆਏ ਵੀਕਲਾਂ ਦੀ ਚੈਕਿੰਗ ਕੀਤੀ ਗਈ ਦੇਸ਼ ਦੇ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਪਾਰ ਸੂ ਕੋਰੋਨਾ ਨੂੰ ਲੈ ਕੇ ਵੱਡੀ ਖਬਰ ਅੱਜ ਜੀ ਦੇਸ਼ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 25000 153 ਨਵੇਂ ਕੇਸ ਸਾਹਮਣੇ ਆਏ ਹਨ ਹੁਣ ਤੱਕ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1 ਕਰੋੜ 4059 ਹੋ ਗਈ ਹੈ ਪਿਛਲੇ 24 ਘੰਟਿਆਂ ਵਿੱਚ 347 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 145136 ਤੇ ਪਹੁੰਚ ਚੁੱਕੀ ਹੈ ਲੋਕਲ ਨੂੰ ਗਲੋਬਲ ਬਣਾਉਣ ਲਈ ਮਿਸ਼ਨ ਦੀ ਤਰ੍ਹਾਂ ਕੰਮ ਕਰਨਾ ਹੋਵੇਗਾ ਪ੍ਰਧਾਨ ਮੰਤਰੀ ਸੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਐਚਐਸਐਮ ਫਾਊਂਡੇਸ਼ਨ ਦੇ ਹਫ਼ਤੇ ਦੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ 27 ਸਾਲ ਉਦਯੋਗ ਦੇ ਲਈ ਮਹੱਤਵਪੂਰਨ ਹਨ 130 ਭਾਰਤੀਆਂ ਨੂੰ ਤੀਜਾ ਵਿਸ਼ਵ ਨੂੰ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੇ ਸਵੈ ਨਿਰਪਰ ਭਾਰਤ ਦੀ ਸ਼ਕਤੀ ਤੋਂ ਜਾਣੂ ਕਰਵਾਉਣਾ ਹੈ ਜੀ ਉਦਯੋਗ ਕੋਲ ਬੇੜੀਆਂ ਨਹੀਂ ਅਸਮਾਨ ਛੂਨ ਦੀ ਪੂਰਨ ਆਜ਼ਾਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਵੈ ਨਿਰਪਰ ਭਾਰਤ ਦੇ ਲਈ ਪੂਰੀ ਤਾਕਤ ਦੀ ਲੋਡ ਪਵੇਗੀ ਚੁਣੌਤੀਆਂ ਵੀ ਨਵੀਂ ਟੈਕਨੋਲੋਜੀ ਦੇ ਅਧੀਨ ਆਉਣਗੀਆਂ ਤੇ ਸਹਾਦਾਰਨ ਹੱਲ ਵੀ ਲੱਭੇ ਜਾਣਗੇ ਅੱਜ ਸਮਾਂ ਹੈ ਕਿ ਇਸ ਯੋਜਨਾ ਨੂੰ ਬਣਾਉਣ ਦੇ ਲਈ ਤੇ ਇਸ ਤੇ ਤੁਰੰਤ ਕਾਰਵਾਈ ਕਰਨ ਦਾ ਲੋਕਲ ਨੂੰ ਗਲੋਬਲ ਬਣਾਉਣ ਦੇ ਲਈ ਇੱਕ ਮਿਸ਼ਨ ਦੇ ਵਜੋਂ ਕੰਮ ਕਰਨਾ ਹੋਵੇਗਾ ਐਚ ਐਮ ਫਾਊਂਡੇਸ਼ਨ ਵੀਕ 220 ਸਮਾਰੋਹ ਦੇ ਵਿੱਚ ਟਾਟਾ ਇੰਡਸਟਰੀਜ਼ ਦੇ ਪ੍ਰਧਾਨ ਰਤਨ ਟਾਟਾ ਵੀ ਮੌਜੂਦ ਰਿਹਾ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਆਉਣ ਵਾਲੇ 2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਤੇ ਅੱਜ ਭਾਰਤ ਦੀ ਸਫਲਤਾ ਬਾਰੇ ਦੁਨੀਆ ਦੇ ਵਿੱਚ ਇੰਨੀ ਪੋਜ਼ਿਟਿਵ ਸੋਚ ਕਦੇ ਨਹੀਂ ਆਈ ਇਹ ਸਕਾਰਮਤਕ ਸੋਚ 130 ਕਰੋੜ ਲੋਕਾਂ ਦਾ ਭਰੋਸਾ ਤੇ ਅੱਗੇ ਵਧਣ ਲਈ ਨਵੀਆਂ ਥਾਮਾਂ ਬਣਾਈਆਂ ਜਾ ਰਹੀਆਂ ਹਨ ਜਿੱਤ ਪ੍ਰਾਪਤ ਕਰ ਚੁੱਕਿਆ ਜਿੱਤ ਪ੍ਰਾਪਤ ਕਰਕੇ ਧਰਨਾ ਚੁੱਕਿਆ ਜਾਵੇਗਾ ਕਿਸਾਨ ਆਗੂ ਸੋ ਜਿੱਥੇ ਦਿੱਲੀ ਦੇ ਵਿੱਚ ਕਿਸਾਨ ਧਰਨੇ ਉੱਤੇ ਬੈਠੇ ਹਨ ਉੱਥੇ ਹੀ ਧਰਨੇ ਚੱਕਰ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ ਪਹਿਲਾਂ ਤੋਂ ਚੱਲ ਰਹੇ ਕਾਰਪੋਰੇਟ ਘਰਾਣਿਆਂ ਦੇ ਧਰਨੇ ਉਸੇ ਤਰ੍ਹਾਂ ਜਾਰੀ ਰਹਿਣਗੇ ਸੇ ਰਾਇਲੈਂਸ ਦੇ ਡਿੱਪੂ ਅੱਗੇ ਅਸਵੇਂ ਦਿਨ ਦੇ ਵਿੱਚ ਬਲਾਕ ਆਗੂ ਗੁਰਮੇਲ ਸਿੰਘ ਕੈਂਪਰ ਦੀ ਅਗਵਾਈ ਦੇ ਵਿੱਚ ਲਾਇਏ ਧਰਨੇ ਨੂੰ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਅਜੇ ਕਾਨੂੰਨ ਵਾਪਸ ਨਹੀਂ ਲਏ ਅੜੀ ਹੋਈ ਹੈ ਪਰ ਕਿਸਾਨ ਵੀ ਇਸ ਸੰਘਰਸ਼ ਨੂੰ ਨੇਪੜੇ ਚੜ੍ਹੇ ਬਿਨਾ ਵਾਪਸ ਨਹੀਂ ਆਉਣਗੇ ਕੜਾਕੇ ਦੀ ਠੰਡ ਵਿੱਚ ਵੀ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਸਰਕਾਰ ਦੇ ਦਰ ਦੇ ਅੱਗੇ ਬੈਠੇ ਹੋਏ ਹਨ ਡੇਰਾ ਲਾ ਕੇ ਸੋ ਕਾਨੂੰਨ ਵਾਪਸ ਕਰਵਾਏ ਬਿਨਾ ਕਿਸਾਨ ਵਾਪਸ ਨਹੀਂ ਆਉਣਗੇ ਤੇ ਅਸੀਂ ਵੀ ਕਾਨੂੰਨ ਵਾਪਸ ਕਰਵਾਏ ਬਿਨਾ ਤਰਨੇ ਨਹੀਂ ਚੱਕਾਂਗੇ ਨਜਾਇਜ਼ ਮਾਈਨਿੰਗ ਕਰਨ ਦੇ ਟਰੈਕਟਰ ਟਰਾਲੀ ਸਣੇ ਇੱਕ ਵਿਅਕਤੀ ਕਾਬੂ ਸੋ ਪੁਲਿਸ ਚੌਂਕੀ ਕੋਟ ਫਤੂਹੀ ਵੱਲੋਂ ਨਜਾਇਜ਼ ਮਾਈਨਿੰਗ ਕਰਨ ਤੇ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਕੋਟ ਫਤਿਹ ਦੇ ਇੰਚਾਰਜ ਮਨਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਿਸਤੋ ਦਵਾਬਾ ਨਹਿਰ ਦੇ ਪੁਲ ਤੇ ਸਾਈਡ ਤੋਂ ਆ ਰਹੇ ਟਰੈਕਟਰ ਟਰਾਲੀ ਨੂੰ ਜੋ ਰੇਤਾਂ ਨਾਲ ਭਰਿਆ ਸੀ ਕਾਬੂ ਕਰ ਲਿਆ ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਐਲਾਨ ਸੰਜੇ ਸਿੰਘ ਨੂੰ ਬਣਾਇਆ ਸੀ ਐਮ ਉਨਮੀ ਦੀਵਾਰ ਸੋ ਉੱਤਰ ਪ੍ਰਦੇਸ਼ ਦੇ ਵਿੱਚ 2022 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਵੀਰਵਾਰ ਨੂੰ ਅਜੋਜਿਤ ਪ੍ਰੈਸ ਵਾਰਤਾ ਦੇ ਵਿੱਚ ਦੱਸਿਆ ਗਿਆ ਕਿ ਪਾਰਟੀ ਦੇ ਰਾਸ਼ਟਰੀ ਬੁਲਾਰਿਆਂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਣਗੇ ਤੇ ਆਪ ਦੀ ਪ੍ਰਦੇਸ਼ ਸਕੱਤਰ ਮੀਨਾਕਸ਼ੀ ਸ਼ਰਵਾਸਤਵ ਜ਼ਿਲ੍ਹਾ ਪ੍ਰਧਾਨ ਭੁਪੇਂਦਰ ਜਦਾਉ ਨੇ ਦੱਸਿਆ ਕਿ ਪਾਰਟੀ ਵਰਕਰ ਵੀ ਸੰਜੇ ਸਿੰਘ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਕਰ ਰਹੇ ਹਨ ਪੁਲਾਥ ਵਿੱਚ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਨੇ Jio ਦੇ ਦਫ਼ਤਰ ਨੂੰ ਲਾਇਆ ਸੀਲਾ ਸੋ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਵੱਲੋਂ ਸੂਬਾਈ ਸੱਦੇ ਤੇ 31 ਕਿਸਾਨ ਜਥੇਬੰਦੀਆਂ ਅੰਦੋਲਨ ਦੀ ਹਮਾਇਤ ਕਰਦਾ ਪੁਲੱਤ ਦੇ ਵਿੱਚ ਅਮਬਾਨੀ ਦੀ ਫੋਨ ਕੰਪਨੀ Jio ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਤੇ ਬੰਦ ਪਏ ਦਫ਼ਤਰ ਦੇ ਤਾਲਿਆਂ ਨੂੰ ਕਿਸਾਨ ਯੂਨੀਅਨ ਨੇ ਸਟਿੱਕਰ ਲਾ ਕੇ ਸੀਲ ਕਰ ਦਿੱਤਾ ਸਾਬਕਾ ਸੰਸਦ ਮੈਂਬਰ ਮੋਹਨ 라ਵੇਲ ਦਾ ਦੇਹਾਂਤ ਤੋਂ ਵੱਡੀ ਬਿਗ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ Shiv Sena Party ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਮਨੂਹ ਮੋਹਨ 라ਵੇਲ ਦਾ ਸ਼ਨੀਵਾਰ ਨੂੰ ਗੁਆ ਦੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਰਨਾ ਦੇਹਾਂਤ ਹੋ ਗਿਆ ਅੱਜ ਸ਼ਾਮ ਉਹਨਾਂ ਨੂੰ ਮੋਬਾਈਲ ਲਿਆਂਦਾ ਜਾਵੇਗਾ ਤੇ ਦਾਦਰ ਦੇ Shivji Park ਦੇ ਸ਼ਮਸ਼ਾਨਗੜ੍ਹ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ ਜੀ ਉਹਨਾਂ ਦਾ ਜਨਮ ਮੁੰਬਈ ਦੇ ਵਿੱਚ ਹੋਇਆ ਸੀ ਉਹਨਾਂ ਨੇ ਵਿਦਿਆਰਥੀ ਜੀਵਨ ਤੋਂ ਹੀ ਆਪਣੀ ਰਾਜਨੀਤੀ ਸ਼ੁਰੂਆਤ ਕਰ ਦਿੱਤੀ ਸੀ 라ਵਲ ਸ਼ਿਵ ਸ਼ੈਨਾ ਦੀ ਅਖਲ ਵਿਦਿਆਰਥੀ ਸੈਨਾ ਦੇ ਨਾਲ ਕੀਤੀ ਜੀ ਉਹ 1980 ਤੋਂ 1984 ਤੱਕ 올 ਇੰਡੀਆ ਸਟੂਡੈਂਟਸ ਆਰਮੀ ਦੇ ਪ੍ਰਧਾਨ ਰਹੇ ਫਿਰ 91 ਦੇ ਵਿੱਚ ਦੱਖਣੀ ਮੁੰਬਈ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਉਹ ਲਗਾਤਾਰ 5 ਵਾਰ ਸੰਸਦ ਮੈਂਬਰ ਬਣਦੇ ਰਹੇ ਪਰ 2013 ਦੇ ਵਿੱਚ ਸ਼ਿਵ ਸ਼ੈਨਾ ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਕੁਝ ਮਹੀਨੇ ਪਹਿਲਾਂ ਹੀ ਵਾਅਦੇ ਕਰਕੇ ਮੁਕਰੇ ਕੈਪਟਨ ਸ਼ਹੀਦ ਦੀ ਪਤਨੀ ਨੇ ਲਾਏ ਵੱਡੇ ਇਲਜ਼ਾਮ ਵੱਡੀ ਦੁਖਦਾਈ ਖਬਰ ਹੈ ਜੇ ਅਕਸਰ ਦੇਸ਼ ਦੇ ਲਈ ਕੁਰਬਾਨੀ ਦੇਣ ਵਾਲਿਆਂ ਦੇ ਪਰਿਵਾਰ ਵਾਲੇ ਉਹਨਾਂ ਦੇ ਜਾਣ ਤੋਂ ਮਗਰੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾਨ ਦੇ ਲਈ ਮਜਬੂਰ ਹੁੰਦੇ ਹਨ ਇਹ ਜਿਹੇ ਇੱਕ ਪਰਿਵਾਰ ਆ ਜੀ ਸ਼ਹਾਦਤ ਪਰਿਵਾਰਕ ਮੈਂਬਰ ਦੀ ਸ਼ਹਾਦਤ ਤੋਂ ਬਾਅਦ ਸਹੂਲਤਾਂ ਲੈਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ 30 ਅਗਸਤ ਨੂੰ ਜੰਮੂ ਦੇ ਵਿਖੇ ਲੋਹਾ ਲੈਂਦਾ ਸ਼ਹਾਦਤ ਦਾ ਜਾਮ ਪੀਣ ਵਾਲੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਪਰਿਵਾਰ ਦਰਦ-ਦਰਦ ਦੀਆਂ ਠੋਕਰਾ ਖਾ ਰਿਹਾ ਤੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਕੈਪਟਨ ਦੀ ਰਹਾਇਸ਼ ਵੱਲ ਕੂਚ ਕਰਦੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਤੇ ਲਾਠੀ ਚਾਰਜ ਤੋਂ ਵੱਡੀ ਖਬਰ ਆ ਰਹੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਦੇ ਗੜ ਪਟਿਆਲਾ ਦੇ ਵਿੱਚ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਤੇ ਪੁਲਿਸ ਦੇ ਵੱਲੋਂ ਭਾਰੀ ਲਾਠੀ ਚਾਰਜ ਕੀਤਾ ਗਿਆ ਅਧਿਆਪਕ ਮੋਤੀ ਮੈਲ ਦੇ ਵੱਲ ਕੁਝ ਕਰ ਰਹੇ ਸਨ ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਬਲ ਨੇ ਇਹ ਪੁਲਿਸ ਨੇ ਬਲ ਦਾ ਇਸਤੇਮਾਲ ਕੀਤਾ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਨਿਵਾਸ ਦਾ ਘਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਅਧਿਆਪਕ ਯੂਨੀਅਨ ਪੰਜਾਬ ਦੇ ਵੱਲੋਂ ਛੋਟੀ ਬਰਾਂਦਰੀ ਦੇ ਵਿੱਚ ਇਕੱਤਰ ਹੋ ਕੇ ਮੁੱਖ ਮੰਤਰੀ ਦੀ ਰਹਿਸ਼ ਦੇ ਵੱਲ ਨੂੰ ਮਾਰਚ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਖੜੇੜਨ ਦੇ ਲਈ ਭਾਰੀ ਲਾਠੀ ਚਾਰਜ ਕੀਤਾ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨ 21 ਦਸੰਬਰ ਨੂੰ ਕਰਨਗੇ ਦਿੱਲੀ ਕੂਚ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਵਿੱਚ ਦਿੱਲੀ ਦੀਆਂ ਸਰਹੱਦਾਂ ਦੇ ਕਿਸਾਨ ਲਗਾਤਾਰ ਡਟੇ ਹਨ ਇਸ ਦੇ ਵਿਚਾਲੇ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮਹਾਰਾਸ਼ਟਰ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਵੱਲ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਸਮਰਥਨ ਕਰਨ ਲਈ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ ਲੁਧਿਆਣਾ ਤੋਂ ਖਬਰ ਆ ਰਹੀ ਹੈ ਜੀ ਘਰ ਦੇ ਵਿੱਚ ਸੁੱਤੇ ਪਏ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਜੀ ਪੰਜਾਬ ਦੇ ਲੁਧਿਆਣਾ ਕਸਬਾ ਜਗਰਾਉਂ ਅਧੀਨ ਪੈਂਦੇ ਪਿੰਡ ਸਿੱਧਵਾ ਖੁਰਦ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਘਰ ਦੇ ਵਿੱਚ ਸੁੱਤੇ ਪਏ ਕਿਸਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਥਾਣਾ ਜਗਰਾਉਂ ਦੀ ਪੁਲਿਸ ਨੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਰ ਇੰਡੀਆ ਦੀਆਂ ਦਿੱਲੀ ਅੰਮ੍ਰਿਤਸਰ ਹਜ਼ੂਰ ਸਾਹਿਬ ਨਦੇੜ ਦੇ ਲਈ ਹਫ਼ਤੇ ਦੇ ਵਿੱਚ ਤਿੰਨ ਉਡਾਨਾਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ ਜੀ ਵੱਡੀ ਖੁਸ਼ਖਬਰੀ ਆ ਸੋ ਚੀਫ ਕਾਲਸਾ ਦਿਵਾਨ ਵੀ ਨਿਤਰੀ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਦੇ ਲਈ ਭੇਜੀਆਂ ਵੱਡੀ ਗਿਣਤੀ ਦੇ ਵਿੱਚ ਦਵਾਈਆਂ ਅਤੇ ਡਾਕਟਰ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਸੋ ਦੋਸਤੋ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤਤਾ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ